ਗੁਰਦਾਸਪੁਰ ਚ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਧਰਨਾ ਲਗਾ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੁੱਖ ਮੰਗਾਂ ਗੰਨੇ ਦੀ ਫਸਲ ਦਾ ਵਧਿਆ ਮੁੱਲ ਤੇ ਬਰਸਾਤ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਲੈਣਾ। ਜੋ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਮਿਲ ਵੱਲ ਖੜੀ ਹੈ, ਉਹ ਵੀ ਉਹਨਾਂ ਨੂੰ ਜਲਦ ਜਾਰੀ ਕੀਤੀ ਜਾਵੇ, ਜਿਸ ਨੂੰ ਲੈ ਕੇ ਉਹਨਾਂ ਡੀਸੀ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ। ਸਾਡੀਆਂ ਜਿਹੜੇ ਤਿੰਨ ਚਾਰ ਮੰਗਾਂ ਜੀ, ਇੱਕ ਤਾਂ ਸਾਡੇ 25 ਰੁਪਏ ਜਿਹੜੇ ਗੌਰਮੈਂਟ ਨੇ ਮੰਗੇ ਮੰਨੇ ਸੀ ਉਹ ਅਜੇ ਤੱਕ ਖਾਤੇ 'ਚ ਨਹੀਂ ਪਾਏ ਗਏ। ਇੱਕ 285 ਰੁਪਏ ਅਸੀਂ ਮਿਲ ਕੋ ਲੈਣੇ ਸੀ ਅਤੇ ਉਹ 120 ਕਰੋੜ ਰੁਪਇਆ ਲੈਣ ਵਾਲਾ ਉਹ ਵੀ ਨਹੀਂ ਪਾਉਣ ਡੇ। ਦੂਜਾ ਸਾਡੀ ਮੰਗ ਆ ਵੀ ਜਿਹੜੀ ਸੀ ਆਉਣ ਵਾਲਾ ਸੀਜ਼ਨ ਜਿਹੜਾ ਚੱਲਣ ਵਾਲਾ ਵਾ, ਅੱਜ ਤੋਂ ਮਹੀਨਾ ਰਹਿ ਗਿਆ ਉਹਦਾ, ਉਹਦੇ ਵਾਸਤੇ ਨਾ ਅਜੇ ਤੱਕ ਗੰਨੇ ਦੀ ਰੇਟ ਦੀ ਕੋਈ ਤਰੀਕੇ ਨਾਲ ਰੇਟ ਕੋਈ ਲੌਸ ਕੀਤਾ ਵੀ ਕਿੰਨਾ ਰੇਟ ਤੁਹਾਨੂੰ ਅਗਲਾ ਦੇਣਾ, ਅਤੇ ਨਾ ਮਿਲ ਚੱਲਣ ਦਾ ਕੋਈ ਤਰੀਕ ਲੌਸ ਕੀਤੀ ਹੈ। ਮੰਗਾਂ ਇਹ ਵੀ ਸਾਡੇ ਜਿਹੜੇ ਗੰਨੇ ਦੇ ਪੈਸੇ 25 ਰੁਪਏ ਜਿਹੜਾ ਸਰਕਾਰ ਕੋਲ ਲੈਣੇ ਆ ਉਹ ਸਾਡੇ ਤੁਰੰਤ ਪਾਏ ਜਾਣ ਅਤੇ ਮਿਲ ਕੋ ਪੈਸੇ ਦਵਾਏ ਜਾਣ। ਅੱਜ ਹਾਲ ਦੀ ਘੜੀ 'ਤੇ ਅਸੀਂ DC ਸਾਹਿਬ ਦੇ ਇੱਥੇ ਆਏ ਹਾਂ, ਇੱਥੇ ਜਿੰਨਾ ਚਿਰ ਸਾਡੇ 25 ਰੁਪਏ ਨਹੀਂ ਪਾਉਂਦੇ ਉਨਾ ਚਿਰ ਅਸੀਂ ਇੱਥੋਂ ਨਹੀਂ ਜਾਣਾ, ਅਤੇ ਇਹਦੋਂ ਬਾਅਦ 'ਚ ਅਸੀਂ ਮਿਲਦੇ ਘੜੀ ਜਾ ਕੇ ਪਵਾਂਗੇ। ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਗੁਰਦਾਸਪੁਰ ਤੋਂ ਅਵਤਾਰ ਸਿੰਘ, ਦੈਨਿਕ ਸਵੇਰਾ TV।